ਕਹਿੰਦੇ ਨੇ ਜਿੱਥੇ ਚਾਹ ਉੱਥੇ ਰਾਹ, ਅਤੇ ਇਹਨਾਂ ਰਾਹਾਂ ਉੱਪਰ ਕਾਮਯਾਬੀ ਹਾਸਲ ਕਰਦਿਆਂ ਪੰਜਾਬ ਅਤੇ ਪੰਜਾਬੀਆਂ ਦਾ ਮਾਣ ਇੱਕ ਵਾਰ ਫੇਰ ਤੋਂ ਵੱਧ ਗਿਆ ਹੈ। ਦਰਅਸਲ ਫਰੀਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਪੰਜਾਬੀ ਮੂਲ ਦੇ ਰਾਜ ਸਿੰਘ ਬਦੇਸ਼ਾ ਪਹਿਲੇ ਸਿੱਖ ਜੱਜ ਬਣ ਚੁੱਕੇ ਨੇ। ਉਹਨਾਂ ਦੇ ਜੱਜ ਬਣਨ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਰਸਮੀ ਤੌਰ ਦੇ ਉੱਪਰ ਅਦਾਲਤ ਦੇ ਵਿੱਚ ਉਹਨਾਂ ਨੇ ਅਹੁਦਾ ਸੰਭਾਲਿਆ। ਇਸ ਮੌਕੇ ਦੇ ਉੱਪਰ ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਗੂੰਜ ਉੱਠੇ, ਅਤੇ ਨਵੇਂ ਫਰੀਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਦੇ ਵਜੋਂ ਰਾਜ ਪਹਿਲੇ ਪਗੜੀਧਾਰੀ ਜੱਜ ਬਣ ਚੁੱਕੇ ਨੇ। ਜ਼ਿਕਰਯੋਗ ਹੈ ਕਿ ਰਾਜ ਸਿੰਘ ਬਦੇਸ਼ਾ ਵੀਰਵਾਰ ਸ਼ਾਮ ਨੂੰ ਫਰੀਜ਼ਨੋ ਕਾਉਂਟੀ ਦੇ ਪਹਿਲੇ ਸਿੱਖ ਜੱਜ ਬਣੇ ਨੇ। ਫਰੀਜ਼ਨੋ ਸਿਟੀ ਹਾਲ ਦੇ ਵਿੱਚ ਸੈਂਕੜਿਆਂ ਹੀ ਕਮਿਊਨਿਟੀ ਮੈਂਬਰਾਂ ਅਤੇ ਅਧਿਕਾਰੀਆਂ ਦੇ ਸਾਹਮਣੇ ਉਹਨਾਂ ਨੇ ਆਪਣਾ ਕਾਲਾ ਕੋਟ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਜ਼ਮ ਨੇ 3 ਮਈ ਨੂੰ ਬਦੇਸ਼ਾ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਸਿਟੀ ਅਟਾਰਨੀ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਇਹ ਵੀ ਕਿਹਾ ਹੈ ਕਿ ਬਦੇਸ਼ਾ 2022 ਤੋਂ ਫਰੀਜ਼ਨੋ ਸ਼ਹਿਰ ਦੇ ਅਟਾਰਨੀ ਦਫ਼ਤਰ ਦੇ ਵਿੱਚ ਮੁੱਖ ਸਹਾਇਕ ਦੇ ਤੌਰ ਦੇ ਉੱਪਰ ਆਪਣੀਆਂ ਸੇਵਾਵਾਂ ਨਿਭਾਉਂਦੇ ਆਏ ਨੇ। ਬਦੇਸ਼ਾ ਨੇ 2012 ਤੋਂ CAO ਦੇ ਵਿੱਚ ਕਈ ਹੋਰ ਅਹੁਦਿਆਂ ਦੇ ਉੱਪਰ ਕੰਮ ਕੀਤਾ ਹੈ। ਉਹਨਾਂ ਨੇ 2008 ਤੋਂ 2012 ਤੱਕ ਬੇਕਰ ਮੋਨੈਕ ਐਂਡ ਜੈਨਸਨ ਦੇ ਵਿੱਚ ਇੱਕ ਸਹਿਯੋਗੀ ਦੇ ਵਜੋਂ ਵੀ ਕੰਮ ਕੀਤਾ ਹੈ। ਬਦੇਸ਼ਾ ਨੇ ਸੈਨ ਫਰਾਂਸਿਸਕੋ ਯਾਨੀ ਕਿ ਜੋ ਪਹਿਲਾਂ UC ਹੈਸਟਿੰਗਸ ਦੇ ਵਿੱਚ ਯਾਨੀ ਕਿ ਯੂਨੀਵਰਸਿਟੀ ਆਫ ਕੈਲੀਫੋਰਨੀਆ ਕਾਲਜ ਆਫ ਲਾਅ ਤੋਂ ਆਪਣੀ ਜਿਊਰੀ ਡਾਕਟਰੇਟ ਹਾਸਲ ਕੀਤੀ ਹੈ। ਉਹ ਜੱਜ ਜੌਨ ਐਂਡ ਪੈਟਨ ਦੀ ਸੇਵਾ ਮੁਕਤੀ ਤੋਂ ਬਾਅਦ ਇਸ ਅਹੁਦੇ ਦੇ ਉੱਪਰ ਲਾਏ ਗਏ ਨੇ। ਬਦੇਸ਼ਾ ਰਾਜ ਦੇ ਪਹਿਲੇ ਸਿੱਖ ਜੱਜ ਨਿਯੁਕਤ ਕੀਤੇ ਗਏ ਨੇ ਜੋ ਕਿ ਦਸਤਾਰ ਦੇ ਵਿੱਚ ਨਜ਼ਰ ਆ ਰਹੇ ਨੇ। ਦੱਸ ਦਈਏ ਕਿ ਸਿਟੀ ਆਫ ਫਰੀਜ਼ਨੋ ਕੈਲੀਫੋਰਨੀਆ ਨੇ ਸੋਸ਼ਲ ਮੀਡੀਆ ਦੇ ਉੱਪਰ ਤਸਵੀਰਾਂ ਸ਼ੇਅਰ ਕਰਕੇ ਲਿਖਿਆ, ਫਰੀਜ਼ਨੋ ਦੇ ਸਾਬਕਾ ਸਹਾਇਕ ਸਿਟੀ ਅਟਾਰਨੀ ਰਾਜ ਸਿੰਘ ਬਦੇਸ਼ਾ ਨੂੰ ਰਸਮੀ ਤੌਰ ਦੇ ਉੱਪਰ ਨਵੇਂ ਫਰੀਜ਼ਨੋ ਕਾਉਂਟੀ ਸੁਪੀਰੀਅਰ ਜੱਜ ਬਣਨ ਦੇ ਉੱਪਰ ਕੰਗਰੈਚੁਲੇਸ਼ਨ। ਰਾਜ ਜੋ ਨੇ ਇਹ 4 ਦਹਾਕਿਆਂ ਤੋਂ ਵੱਧ ਸਮੇਂ ਦੇ ਵਿੱਚ ਅਜਿਹੇ ਪਹਿਲੇ ਵਿਅਕਤੀ ਨੇ ਜਿਨ੍ਹਾਂ ਦੇ ਵੱਲੋਂ ਇਸ ਰੁਤਬੇ ਨੂੰ ਹਾਸਲ ਕਰਨ ਦੇ ਵਾਸਤੇ ਇੰਨੀ ਜ਼ਿਆਦਾ ਮਿਹਨਤ ਕੀਤੀ ਗਈ ਅਤੇ ਆਖਿਰਕਾਰ ਉਹਨਾਂ ਨੂੰ ਕਾਮਯਾਬੀ ਮਿਲ ਹੀ ਗਈ ਹੈ। ਸਿਟੀ ਹਾਲ ਤੋਂ ਸਿੱਧਾ ਫਰੀਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਜਾਓ ਅਤੇ ਸਾਰੀ ਦੁਨੀਆ ਦੇ ਵਿੱਚ ਆਪਣਾ ਅਤੇ ਆਪਣੇ ਕਮਿਊਨਿਟੀ ਦਾ ਨਾਮ ਰੋਸ਼ਨ ਕਰੋ। ਜੀ ਹਾਂ, ਸਾਡੇ ਤਰਫ ਤੋਂ ਵੀ ਰਾਜ ਸਿੰਘ ਬਦੇਸ਼ਾ ਨੂੰ ਬਹੁਤ ਬਹੁਤ ਮੁਬਾਰਕਾਂ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।